जिथे तस्वीर देख सकते हो कि असी भी ट्रैक्टर के जरिए असी पिंड के अंदर जाने की कोशिश कर रहे हैं। तो ट्रैक्टर का सहारा लिया जा रहा है, पिंड वासी जड़े ने ट्रैक्टर के थ्रू ही उस पिंड की कोशिश कर रहे हैं। तो तस्वीर देख सकते हो कि वो सामने तस्वीर बिल्कुल समुद्र बनी हुई है। तो तस्वीर है आलमपुर पिंड दिया ने, असी खुद पिंड के अंदर जाके लोगों नाल राबता कायम करांगे किस तरीके के हालात बने हुए ने। हालात यानी कि असी आलमपुर पिंड दे विच आ जिथे तस्वीर देख सकते हो कि किवें असी भी ट्रैक्टर के जरिए असी पिंड के अंदर जाने की कोशिश कर रहे हैं। तो ट्रैक्टर का सहारा लिया जा रहा है, पिंड वासी जड़े ने ट्रैक्टर के थ्रू ही उस पिंड की कोशिश कर रहे हैं। बहुत सारे अजिहे अनेके पिंड ने जड़े कि पानी के रुड़े हुए ने। तो तस्वीर देख सकते हो कि वह सामने तस्वीर बिल्कुल समुद्र बनी हुई है। किस तरीके जो पानी का सैलाब हैगा धड़ाधड़ पिंडा दे वाल कूच करता नज़र आ रहा है। हालात काफ़ी बदतर हो चुके ने। तो तस्वीर है आलमपुर पिंड दिया ने, असी खुद पिंड के अंदर जाके लोगों नाल राबता कायम करांगे किस तरीके के हालात बने हुए ने। तो यह कहा जा रहा है कि नहर टुटी गई है, जिसके चलदा इतने जड़े कि हालात बदतर हो चुके ने। तो स्काई न्यूज़ पंजाब हर एक कवरेज राजपुरे तो लैके मोहाली तक की हर एक फुटेज दिखाई जा रही है। कि कुछ कह रहे हैं नौजवान? मैम भगवंत मान सिंह हमारी कोई हेल्प नहीं कर रहा, ना गरदाल कर रहा है। हकनौर हल्के में कोई एमएलए नहीं आ रहा, कुछ नहीं आ रहा। ਤੁਸੀਂ ਕਿੰਨੇ ਕ ਟਾਈਮ ਤੇ ਲੱਗੇ ਹੋਏ ਹੋ? ਕਿੰਨੇ ਕ ਟਾਈਮ ਤੇ ਲੱਗੇ ਹੋਏ ਹੋ? ਕਦੋਂ ਤਾਂ ਇਹ ਪਾੜ ਪਿਆ? ਕੱਲ ਰਾਤ ਦੇ ਲੱਗੇ ਹੋਏ ਆ, ਸਾਰਿਆਂ ਨੂੰ ਕੱਢ ਰਹੇ ਆ ਤੇ ਰੋਡ ਪਾਰ ਕਰਾ ਰਹੇ ਆ ਜੀ। ਇਹ ਜੇ ਰੋਡ ਪਾਰ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਜਦ ਕਿ ਪਹਿਲਾਂ ਤੋਂ ਹੀ ਇੰਨਾ ਪਾਣੀ ਖੜਿਆ ਹੋਇਆ? ਜਿਹੜੇ ਵਰਕਰ ਆ ਰਹੇ ਨੇ ਉਹਨਾਂ ਨੂੰ ਤਾਂ ਰੋਡ ਪਾਰ ਕਰਾਣਾ ਹੀ ਨਾ ਨਾ ਜੀ। ਕੀ ਲੱਗਦਾ ਹੈ ਕਿ ਕੀ ਰੋਡ ਪਾਰ ਰੱਖੇ ਵਰਕਰਾਂ ਨੂੰ ਰੇਂਜ ਜਾ ਰਹੇ? ਹਾਂਜੀ ਵਰਕਰਾਂ ਨੂੰ, ਵਰਕਰ ਜਿਹੜੇ ਜਿਹੜੇ ਬਾਈਕ ਲੈ ਕੇ ਆ ਰਹੇ ਨੇ ਉਹਨਾਂ ਦੀ ਬਾਈਕ ਰੋਡ ਜਾਂਦੀ ਹੈ ਜੀ, ਉਹਨਾਂ ਨੂੰ ਅਸੀਂ ਕੱਢ ਰਹੇ ਆ ਜੀ। ਕਿਹੜੇ ਵਰਕਰ ਨੇ? ਜਿਹੜੇ ਸਿਕਿਉਰਿਟੀ ਗਾਰਡ ਹੋਰ ਜਿਹੜੇ ਵਰਕਰ ਫੈਕਟਰੀ 'ਚ ਲੱਗੇ ਹੋਏ ਨੇ ਜੀ। ਪਰ ਪਿੰਡ ਦੇ ਨੌਜਵਾਨ ਤਾਂ ਪੂਰਾ ਇੰਜੋਏ ਕਰ ਰਹੇ ਨੇ, ਉਹਨਾਂ ਨੂੰ ਕੀ ਲੱਗਦਾ ਹੈ ਰਿਸਕ ਨਹੀਂ ਆ? ਮੈਮ ਬਹੁਤ ਰਿਸਕ ਹੈ ਜੀ, ਪਿੰਡ 'ਚ ਪਾਣੀ ਐਂਟਰ ਹੋ ਗਿਆ ਜੀ। ਤਾਂ ਪਿੰਡ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ, ਸਾਹਮਣੇ ਵੀ ਇੱਕ ਟਰੈਕਟਰ ਆ ਰਿਹਾ। ਪਿੰਡ ਦੇ ਲੋਕ ਜਿਹੜੇ ਨੇ ਜ਼ਰੂਰੀ ਕੰਮਾਂ ਕਰਕੇ ਜਿਨ੍ਹਾਂ ਨੂੰ ਬਾਹਰ ਨਿਕਲਣਾ ਪੈ ਰਿਹਾ, ਉਹਨਾਂ ਦੀ ਵੀ ਮਜਬੂਰੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਵੀ ਟਰੈਕਟਰ ਦਾ ਸਹਾਰਾ ਲੈ ਕੇ ਅੰਦਰ ਤੋਂ ਬਾਹਰ ਯਾਨੀ ਕਿ ਸੜਕ ਦੇ ਰਸਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਪਾਣੀ ਕਰਕੇ ਹਾਲਾਤ ਬਣੇ ਹੋਏ ਨੇ। ਲੋਕ ਜਿਹੜੇ ਨੇ ਖੁਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ, ਜਾਣ ਵੀ ਤਾਂ ਕਿੱਥੇ ਜਾਣ। ਤਾਂ ਨੌਜਵਾਨ ਵੀ ਦੇਖੋ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾਈ ਬੈਠੇ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਚੀਜ਼ ਨੂੰ ਹਲਕੇ 'ਚ ਲਿਆ ਜਾ ਰਿਹਾ। ਬਾਰ ਬਾਰ ਪ੍ਰਸ਼ਾਸਨ ਵੱਲੋਂ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹੋ। ਤਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ। ਕਿੱਥੇ ਜਾਣਾ? ਚਲੋ ਹਮਨੇ ਛੱਡਾ।